ਤਾਂ ਤਸਵੀਰਾਂ ਦੇ ਵਿੱਚ ਦਿਖ ਰਹੀ ਕਾਰ, ਇਸ ਕਾਰ ਦੇ ਵਿੱਚ ਇੱਕ ਨੌਜਵਾਨ ਸਵਾਰ ਸੀ ਤੇ ਕਾਰ ਸਿੱਧਾ ਕਿੱਕਰ ਦੇ ਦਰਖਤ 'ਚ ਜਾ ਕੇ ਵੱਜਦੀ ਹੈ, ਜਿਸ ਕਰਕੇ ਨੌਜਵਾਨ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ। ਨੌਜਵਾਨ ਦੇ ਕੋਲ ਲੋਕ ਇਕੱਠੇ ਹੁੰਦੇ ਨੇ, ਲੋਕਾਂ ਦੇ ਵੱਲੋਂ SSF ਯਾਨੀ ਕਿ ਸੜਕ ਸੁਰੱਖਿਆ ਫੋਰਸ ਜੋ ਕਿ CM ਭਗਵੰਤ ਮਾਨ ਦੇ ਵੱਲੋਂ ਹਾਲ ਹੀ ਦੇ ਵਿੱਚ ਤਿਆਰ ਕੀਤੀ ਗਈ ਹੈ। 30 ਦੇ ਕਰੀਬ ਗੱਡੀਆਂ ਪੂਰੇ ਪੰਜਾਬ ਭਰ ਦੇ ਵਿੱਚ ਤੋਰੀਆਂ ਗਈਆਂ ਨੇ। ਇੱਕ ਗੱਡੀ ਦੇ ਵਿੱਚ 4 ਮੁਲਾਜ਼ਮ ਤੈਨਾਤ ਕੀਤੇ ਗਏ ਨੇ ਤੇ ਇਹਨਾਂ ਦਾ ਕੰਮ ਇਹ ਹੈ ਕਿ ਕਿਤੇ ਵੀ ਜੇਕਰ ਦੁਰਘਟਨਾ ਹੁੰਦੀ ਹੈ, 112 ਤੇ ਕਾਲ ਆਉਂਦੀ ਹੈ ਤਾਂ ਉੱਥੇ ਪਹੁੰਚ ਕੇ ਜ਼ਖਮੀ ਨੂੰ ਫਸਟ ਏਡ ਦੇਣਾ ਅਤੇ ਨੇੜਲੇ ਹਸਪਤਾਲ ਪਹੁੰਚਾਉਣਾ। ਪਰ ਇਸ ਥਾਂ ਤੇ ਸੜਕ ਸੁਰੱਖਿਆ ਫੋਰਸ ਨਹੀਂ ਪਹੁੰਚ ਸਕੀ, ਜਿਸ ਕਰਕੇ ਨੌਜਵਾਨ ਸੜਕ ਤੇ ਤੜਫਦਾ ਰਿਹਾ। ਲੋਕ ਵੀ ਉਸਦੀ ਮਦਦ ਕਰਨ ਤੋਂ ਗੁਰੇਜ਼ ਕਰਨ ਲੱਗੇ, ਜਿਸ ਕਰਕੇ ਫਿਰ ਨੌਜਵਾਨ ਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਦੀਨਾਨਗਰ ਤੋਂ ਬਹਿਰਾਮਪੁਰ ਰੋਡ ਉੱਤੇ ਇੱਕ ਕਾਰ ਜੋ ਕਿ ਕਾਲੇ ਰੰਗ ਦੀ ਕਾਰ ਹੈ, ਸੰਤੁਲਨ ਵਿਗੜ ਜਾਂਦਾ ਇਸ ਦਾ, ਜਿਸ ਕਰਕੇ ਸਿੱਧਾ ਕਿੱਕਰ ਦੇ ਵਿੱਚ ਜਾ ਕੇ ਵੱਜਦੀ ਹੈ, ਜਿਸ ਕਰਕੇ ਨੌਜਵਾਨ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ। ਉਸਦਾ ਜਿਹੜਾ ਖੂਨ ਹੈ ਉਹ ਕਾਫੀ ਵਹਿ ਜਾਂਦਾ ਹੈ ਤੇ ਉਸਦੀ ਤੜਪ ਤੜਪ ਕੇ ਮੌਤ ਹੋ ਜਾਂਦੀ ਹੈ। ਜਿਹੜੇ ਮੌਕੇ ਤੇ ਲੋਕ ਹੁੰਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਈ ਵਾਰ 112 ਤੇ ਵੀ ਕਾਲ ਕੀਤਾ ਗਿਆ, ਐਂਬੂਲੈਂਸ ਵੀ ਸੱਦੀ ਗਈ, ਪਰ ਕੋਈ ਵੀ 1 ਘੰਟੇ ਤੱਕ ਐਕਸੀਡੈਂਟ ਵਾਲੀ ਥਾਂ ਤੇ ਨਹੀਂ ਪਹੁੰਚ ਸਕਿਆ, ਜਿਸ ਕਰਕੇ ਨੌਜਵਾਨ ਦੀ ਤੜਪ ਤੜਪ ਕੇ ਜਾਨ ਨਿਕਲ ਗਈ। ਆਓ ਮੌਕੇ ਤੇ ਜਿਹੜੇ ਲੋਕ ਨੇ ਕੀ ਕਹਿ ਰਹੇ ਨੇ ਆਓ ਜਾਣਦੇ। ਦੀ ਜਾਣਕਾਰੀ ਇਹ ਵੀ ਮੈਂ ਸਵੇਰੇ 7 ਵਜੇ ਆਪਣੇ ਇੱਧਰੋਂ ਬਾਹਰੋਂ ਖੇਤਾਂ 'ਚੋਂ ਗਿਆ ਸੀ ਅਤੇ ਮੈਨੂੰ ਖਿਆਲ ਨਹੀਂ ਪਿਆ ਤਾਂ ਬਾਅਦ 'ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ ਵੱਜੀ ਹੈ ਅਤੇ ਲਾਗੋ ਲੋਕ ਲੰਘੀ ਜਾਇਆ ਕਰਦੇ ਅਤੇ ਵੇਖ ਕੇ ਤਾਂ ਲੰਘ ਜਾਂਦਾ, ਮੁੰਡਾ ਵਿੱਚ ਪਿਆ ਆ। ਫਿਰ ਅਸੀਂ ਆਣ ਕੇ ਤਾਂ ਬਾਰੀਆਂ ਬੂਰੀਆਂ ਦੀਆਂ ਖਿੱਚੀਆਂ ਪਰ ਖੋਲਦੀਆਂ ਨੇ, ਇੱਕ ਬਾਰੀ ਖਿੱਚ ਕੇ ਅਸੀਂ ਜ਼ੋਰ ਨਾਲ ਖੋਲੀ, ਉਹਦੇ ਵਿੱਚ ਮੁੰਡਾ ਦਾ ਜਦੋਂ ਉਹਦੀ ਨਬਜ਼ ਨੂੰ ਉਹਦੇ ਫੜੀ ਚੈੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕੜ ਚੁੱਕਿਆ, ਠੰਡਾ ਹੋ ਗਿਆ। ਉਹਦਾ ਫੋਨ ਫੜਿਆ ਅਤੇ ਉਹਦੇ ਫੋਨ ਦੇ ਉੱਤੇ ਨਾ ਉਹਦੇ ਭੂਆ ਦਾ ਪੁੱਤ ਦਾ ਫੋਨ ਆ ਰਿਹਾ ਸੀ, ਉਹਨੂੰ ਪੁੱਛਦਾ ਵੀ ਕਿੱਥੇ, ਇਹਦਾ ਨਾਂ ਸ਼ੁਭਮ ਹੈ ਵੀ ਇਹ ਦੋਦਵਾਂ ਦਾ ਮੁੰਡਾ। ਫਿਰ ਉਹਨੂੰ ਉਹਦੇ ਨਾਲ ਕੱਲ੍ਹ ਹੋਈ ਤਾਂ ਐਂ ਕਹਿੰਦੇ ਘਰ ਦੇ GM ਭੇਜੋ। ਫਿਰ ਦੋਦਵਾਂ ਤੋਂ ਆਏ, 108 ਐਂਬੂਲੈਂਸ ਆਈ, 112 ਅਤੇ 100 ਨੰਬਰ 'ਤੇ ਅੱਧਾ ਘੰਟਾ ਅਸੀਂ ਫੋਨ ਕਰਦੇ ਰਹੇ, ਕੋਈ 112 ਤਾਂ ਨਹੀਂ ਆਇਆ, 100 ਤਾਂ ਨਹੀਂ ਆਇਆ ਕੋਈ, ਇੱਥੇ 108 ਵਾਲੇ ਆਏ ਆ। ਫਿਰ ਉਹਨਾਂ ਨੇ ਆਣ ਕੇ ਡੈੱਡ ਬੋਡੀ ਸਾਡੇ ਨਾਲ ਕਢਾ ਕੇ ਫਿਰ ਕਹਿੰਦਾ ਮਤਲਬ ਐਂਬੂਲੈਂਸ ਵਿੱਚ ਖੜੀ ਆਪਾਂ। ਸਰ ਕਿੰਨੇ ਵਜੇ ਦੀ ਘਟਨਾ ਤੁਸੀਂ ਦੱਸ ਰਹੇ ਜੀ? ਅਸੀਂ 7:30 ਵਜੇ ਡੈੱਡ ਬੋਡੀ ਵਿੱਚੋਂ ਜਾ ਕਹਿੰਦਾ ਮਤਲਬ ਗੱਡੀ 'ਚ ਕੱਢੀ ਹੈ। ਜਿਹੜਾ ਮੁੰਡਾ ਕਾਰ 'ਚ ਡਰਾਈਵਰ ਦੇ ਸੱਟਾਂ ਸੁੱਟਾਂ ਕੁਛ ਲੱਗੇ? ਉਹਦੇ ਸੱਟਾਂ ਥੋੜ੍ਹੀਆਂ ਬਹੁਤੀਆਂ ਲੱਗੀਆਂ, ਪਰ ਜ਼ਿਆਦਾ ਮੇਰੇ ਹਿਸਾਬ ਨਾਲ ਗੱਡੀ ਬੰਦ ਹੋਣ ਦੇ ਕਾਰਨ ਉਹਦਾ ਡੈੱਡ ਹੋਣ ਦਾ ਕਾਰਨ ਜ਼ਿਆਦਾ ਆ ਰਿਹਾ, ਕਿਉਂਕਿ ਉਹਨੂੰ ਕੱਢਿਆ ਨਹੀਂ ਗਿਆ ਵਿੱਚ। ਬਾਡੀ ਪ੍ਰੈਸ ਹੋ ਗਈ? ਹਾਂਜੀ ਹਾਂਜੀ। ਪੁਲਿਸ ਆਈ ਤੋਂ ਮੌਕੇ? ਹਾਂਜੀ, ਪੁਲਿਸ ਬਾਅਦ ਵਿੱਚ ਆਈ ਹੈ 9:45। ਤਾਂ ਤਸਵੀਰਾਂ ਦੇ ਵਿੱਚ ਦਿਖ ਰਹੀ ਕਾਰ, ਇਸ ਕਾਰ ਦੇ ਵਿੱਚ ਇੱਕ ਨੌਜਵਾਨ ਸਵਾਰ ਸੀ ਤੇ ਕਾਰ ਸਿੱਧਾ ਕਿੱਕਰ ਦੇ ਦਰਖਤ 'ਚ ਜਾ ਕੇ ਵੱਜਦੀ ਹੈ, ਜਿਸ ਕਰਕੇ ਨੌਜਵਾਨ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ। ਨੌਜਵਾਨ ਦੇ ਕੋਲ ਲੋਕ ਇਕੱਠੇ ਹੁੰਦੇ ਨੇ, ਲੋਕਾਂ ਦੇ ਵੱਲੋਂ SSF ਯਾਨੀ ਕਿ ਸੜਕ ਸੁਰੱਖਿਆ ਫੋਰਸ ਜੋ ਕਿ CM ਭਗਵੰਤ ਮਾਨ ਦੇ ਵੱਲੋਂ ਹਾਲ ਹੀ ਦੇ ਵਿੱਚ ਤਿਆਰ ਕੀਤੀ ਗਈ ਹੈ। 30 ਦੇ ਕਰੀਬ ਗੱਡੀਆਂ ਪੂਰੇ ਪੰਜਾਬ ਭਰ ਦੇ ਵਿੱਚ ਤੋਰੀਆਂ ਗਈਆਂ ਨੇ। ਇੱਕ ਗੱਡੀ ਦੇ ਵਿੱਚ 4 ਮੁਲਾਜ਼ਮ ਤੈਨਾਤ ਕੀਤੇ ਗਏ ਨੇ ਤੇ ਇਹਨਾਂ ਦਾ ਕੰਮ ਇਹ ਹੈ ਕਿ ਕਿਤੇ ਵੀ ਜੇਕਰ ਦੁਰਘਟਨਾ ਹੁੰਦੀ ਹੈ, 112 ਤੇ ਕਾਲ ਆਉਂਦੀ ਹੈ ਤਾਂ ਉੱਥੇ ਪਹੁੰਚ ਕੇ ਜ਼ਖਮੀ ਨੂੰ ਫਸਟ ਏਡ ਦੇਣਾ ਅਤੇ ਨੇੜਲੇ ਹਸਪਤਾਲ ਪਹੁੰਚਾਉਣਾ। ਪਰ ਇਸ ਥਾਂ ਤੇ ਸੜਕ ਸੁਰੱਖਿਆ ਫੋਰਸ ਨਹੀਂ ਪਹੁੰਚ ਸਕੀ, ਜਿਸ ਕਰਕੇ ਨੌਜਵਾਨ ਸੜਕ ਤੇ ਤੜਫਦਾ ਰਿਹਾ। ਲੋਕ ਵੀ ਉਸਦੀ ਮਦਦ ਕਰਨ ਤੋਂ ਗੁਰੇਜ਼ ਕਰਨ ਲੱਗੇ, ਜਿਸ ਕਰਕੇ ਫਿਰ ਨੌਜਵਾਨ ਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਦੀਨਾਨਗਰ ਤੋਂ ਬਹਿਰਾਮਪੁਰ ਰੋਡ ਉੱਤੇ ਇੱਕ ਕਾਰ ਜੋ ਕਿ ਕਾਲੇ ਰੰਗ ਦੀ ਕਾਰ ਹੈ, ਸੰਤੁਲਨ ਵਿਗੜ ਜਾਂਦਾ ਇਸ ਦਾ, ਜਿਸ ਕਰਕੇ ਸਿੱਧਾ ਕਿੱਕਰ ਦੇ ਵਿੱਚ ਜਾ ਕੇ ਵੱਜਦੀ ਹੈ, ਜਿਸ ਕਰਕੇ ਨੌਜਵਾਨ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ। ਉਸਦਾ ਜਿਹੜਾ ਖੂਨ ਹੈ ਉਹ ਕਾਫੀ
ਬਹਿ ਜਾਂਦਾ ਹੈ ਅਤੇ ਉਸਦੀ ਤੜਪ ਤੜਪ ਕੇ ਮੌਤ ਹੋ ਜਾਂਦੀ ਹੈ। ਜਿਹੜੇ ਮੌਕੇ 'ਤੇ ਲੋਕ ਹੁੰਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਈ ਵਾਰ 112 'ਤੇ ਵੀ ਕਾਲ ਕੀਤਾ ਗਿਆ, ਐਂਬੂਲੈਂਸ ਵੀ ਸੱਦੀ ਗਈ, ਪਰ ਕੋਈ ਵੀ 1 ਘੰਟੇ ਤੱਕ ਐਕਸੀਡੈਂਟ ਵਾਲੀ ਥਾਂ 'ਤੇ ਨਹੀਂ ਪਹੁੰਚ ਸਕਿਆ, ਜਿਸ ਕਰਕੇ ਨੌਜਵਾਨ ਦੀ ਤੜਪ ਤੜਪ ਕੇ ਜਾਨ ਨਿਕਲ ਗਈ। ਆਓ ਮੌਕੇ 'ਤੇ ਜਿਹੜੇ ਲੋਕ ਨੇ ਕੀ ਕਹਿ ਰਹੇ ਨੇ, ਆਓ ਜਾਣਦੇ। ਜਾਣਕਾਰੀ ਇਹ ਵੀ ਮੈਂ ਸਵੇਰੇ 7 ਵਜੇ ਆਪਣੇ ਇੱਧਰੋਂ ਬਾਹਰੋਂ ਖੇਤਾਂ 'ਚੋਂ ਗਿਆ ਸੀ ਅਤੇ ਮੈਨੂੰ ਖਿਆਲ ਨਹੀਂ ਪਿਆ ਅਤੇ ਬਾਅਦ 'ਚ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ ਵੱਜੀ ਹੈ ਅਤੇ ਲਾਗੋ ਲੋਕ ਲੰਘੀ ਜਾ ਕਰਦੇ ਅਤੇ ਵੇਖ ਕੇ ਤਾਂ ਲੰਘ ਜਾਂਦਾ, ਮੁੰਡਾ ਵਿੱਚ ਪਿਆ ਆ। ਫਿਰ ਅਸੀਂ ਆਣ ਕੇ ਅਤੇ ਬਾਰੀਆਂ ਬੂਰੀਆਂ ਦੀਆਂ ਖਿੱਚੀਆਂ ਪਰ ਖੋਲ੍ਹਦੀਆਂ ਨੇ, ਇੱਕ ਵਾਰੀ ਖਿੱਚ ਕੇ ਅਸੀਂ ਜ਼ੋਰ ਨਾਲ ਖੋਲ੍ਹੀ, ਉਹਦੇ ਵਿੱਚ ਮੁੰਡਾ ਦਾ ਜਦੋਂ ਉਹਦੀ ਨਬਜ਼ ਨੂੰ ਉਹਦੇ ਫੜੀ ਚੈੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕੜ ਚੁੱਕਿਆ, ਠੰਡਾ ਹੋ ਗਿਆ। ਉਹਦਾ ਫੋਨ ਫੜਿਆ ਅਤੇ ਉਹਦੇ ਫੋਨ ਦੇ ਉੱਤੇ ਨੇ ਉਹਦੇ ਭੂਆ ਦਾ ਪੁੱਤ ਦਾ ਫੋਨ ਆ ਰਿਹਾ ਸੀ, ਉਹਨੇ ਪੁੱਛਦਾ ਵੀ ਕਿੱਥੇ, ਇਹਦਾ ਨਾਂ ਸ਼ੁਭਮ ਆ, ਵੀ ਇਹ ਦੋਦਮਾਂ ਦਾ ਮੁੰਡਾ। ਫਿਰ ਉਹਨੂੰ ਉਹਦੇ ਨਾਲ ਕੱਲ੍ਹ ਹੋਈ ਤਾਂ ਐਂ ਕਿਹਾ ਵੀ ਘਰ ਦੇ ਜੀਆਂ ਨੂੰ ਭੇਜੋ। ਫਿਰ ਦੋਦਮਾਂ ਤੋਂ ਆਏ, 108 ਐਂਬੂਲੈਂਸ ਆਈ, 112 'ਤੇ 100 ਨੰਬਰ 'ਤੇ ਅੱਧਾ ਘੰਟਾ ਅਸੀਂ ਫੋਨ ਕਰਦੇ ਰਹੇ, ਕੋਈ 112 'ਤੇ ਨਹੀਂ ਆਇਆ, 100 'ਤੇ ਨਹੀਂ ਆਇਆ ਕੋਈ, ਇੱਥੇ 108 ਵਾਲੇ ਆਏ ਆ। ਫਿਰ ਉਹਨਾਂ ਨੇ ਆਣ ਕੇ ਡੈੱਡ ਬੋਡੀ ਸਾਡੇ ਨਾਲ ਕਢਾ ਕੇ ਫਿਰ ਉਹਦੇ ਕਹਿੰਦਾ ਮਤਲਬ ਐਂਬੂਲੈਂਸ ਵਿੱਚ ਖੜੀ ਆ ਪਾ। ਸਰ ਕਿੰਨੇ ਵਜੇ ਦੀ ਘਟਨਾ ਤੁਸੀਂ ਦੱਸ ਰਹੇ ਜੀ? ਅਸੀਂ 7:30 ਵਜੇ ਡੈੱਡ ਬੋਡੀ ਵਿੱਚੋਂ ਕਹਿੰਦਾ ਮਤਲਬ ਗੱਡੀ 'ਚੋਂ ਕੱਢੀ ਆ। ਜਿਹੜਾ ਮੁੰਡਾ ਕਾਰ 'ਚ ਡਰਾਈਵਰ ਦੇ ਸੱਟਾਂ ਸੁੱਟਾਂ ਕੁਛ ਲੱਗਿਆ? ਉਹਦੇ ਸੱਟਾਂ ਥੋੜ੍ਹੀਆਂ ਬਹੁਤੀਆਂ ਲੱਗੀਆਂ, ਪਰ ਜ਼ਿਆਦਾ ਮੇਰੇ ਹਿਸਾਬ ਨਾਲ ਗੱਡੀ ਬੰਦ ਹੋਣ ਦੇ ਕਾਰਨ ਉਹਦਾ ਡੈੱਡ ਹੋਣ ਦਾ ਕਾਰਨ ਜ਼ਿਆਦਾ ਆ। ਕੱਢਿਆ ਨਹੀਂ ਗਿਆ ਬਾਡੀ ਪ੍ਰੈਸ ਹੋ ਗਈ। ਹਾਂਜੀ ਹਾਂਜੀ, ਪੁਲਿਸ ਆਈ ਤੋਂ ਮੌਕੇ? ਹਾਂਜੀ, ਪੁਲਿਸ ਬਾਅਦ ਵਿੱਚ ਆਈ ਹੈ 9:45।